हाँ जी, सत श्री अकाल दोस्तों, तुहाडा स्वागत है जी साडे YouTube चैनल हरिका जॉब अलर्ट दे उत्ते। दोस्तों जेकर तुसी साडे चैनल पहली बार विजिट कर रहे हो, सबसक्राइब कर लो, बैल आइकन दबा लो हर नवी अपडेट दे लई। ते दोस्तों अज तुहाडे लई जॉब नोटिफिकेशन लैके आए जी दफ्तर जिला परिषद बठिंडा वालों। ते ये दोस्तों भर्ती संबंधी नोटिस है जी, मनरेगा स्कीम के तहत ठेका आधार से कॉन्ट्रैक्ट पर भर्ती की जानी है। ਤੇ ਇਹਦੇ ਵਿੱਚ ਪੋਸਟਾਂ ਹੈ, ਕੀ ਯੋਗਤਾ, ਕਿੰਨੀਆਂ ਪੋਸਟਾਂ ਹੈ, ਕਿੰਨੀ ਤਨਖਾਹ ਹੈ, ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ। ਤੇ ਫਾਰਮ ਡਾਊਨਲੋਡ ਕਰਨ ਦਾ ਫ੍ਰੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲੇਗਾ, ਨੋਟੀਫਿਕੇਸ਼ਨ ਦਾ ਲਿੰਕ ਵੀ ਮਿਲੇਗਾ। ਇਸ ਤੋਂ ਇਲਾਵਾ ਮੈਂ ਦੱਸ ਦਵਾਂ ਕਿ ਅਸੀਂ ਰੀਸੈਂਟਲੀ ਆਪਣਾ ਯੂਟਿਊਬ ਲੋਗੋ ਪਲੱਸ ਯੂਟਿਊਬ ਕਵਰ ਪਿਕ ਚੇਂਜ ਕੀਤੀ ਹੈ। ਤੇ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਲੋਗੋ ਪਸੰਦ ਆਇਆ ਹੋਵੇਗਾ। ਤੇ ਬਹੁਤ ਹੀ ਵਧੀਆ ਕੰਮ ਕੀਤਾ ਸਾਡੇ ਜੱਸੀ ਕ੍ਰੀਏਸ਼ਨਸ ਨੇ, ਜੱਸੀ ਕ੍ਰੀਏਸ਼ਨਸ ਟੀਮ ਹੈ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦਾਂਗਾ ਮੈਂ। ਸਾਰੇ ਤਰ੍ਹਾਂ ਦੇ ਉਹ ਕੰਮ ਕਰਦੇ ਆ, ਵਿਜ਼ਿਟਿੰਗ ਕਾਰਡ ਤੋਂ ਲੈ ਕੇ ਪੈਂਫਲੇਟ ਤੋਂ ਲੈ ਕੇ ਬਰੋਸ਼ਰ ਵਗੈਰਾ ਬਣਾਉਂਦੇ ਆ, ਤਾਂ ਸਾਰੇ ਚੀਜ਼ਾਂ ਉਹ ਕਰਦੇ ਆ, ਠੀਕ ਆ ਜੀ। ਜਿੰਨਾ ਵੀ ਗ੍ਰਾਫਿਕ ਡਿਜ਼ਾਈਨਿੰਗ ਦਾ ਕੰਮ ਹੈ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਕੰਟੈਕਟ ਨੰਬਰ ਪਲੱਸ ਉਹਨਾਂ ਦਾ ਜੋ ਵੀ ਕੰਮ ਦਾ ਲਿੰਕ ਆ ਉਹ ਤੁਸੀਂ ਦੇਖ ਸਕਦੇ ਹੋ ਕਿੱਦਾਂ ਦਾ ਕੰਮ ਹੈ, ਠੀਕ ਆ ਜੀ। ਅਤੇ ਆਓ ਹੁਣ ਪੋਸਟਾਂ ਸੰਬੰਧੀ ਜਾਣਕਾਰੀ ਲੈਂਦੇ ਹਾਂ ਜੀ। ਸਭ ਤੋਂ ਪਹਿਲਾਂ ਸੋਸ਼ਲ ਆਡਿਟ ਕੋਆਰਡੀਨੇਟਰ ਦੀ ਇੱਕ ਪੋਸਟ ਹੈ ਜੀ। ਇਹਦੇ ਲਈ ਤੁਸੀਂ MSc ਐਗਰੀਕਲਚਰ ਜਾਂ MBA ਜਾਂ MA ਰੂਰਲ ਡਿਵੈਲਪਮੈਂਟ ਜਾਂ PG ਪੋਸਟ ਗ੍ਰੈਜੂਏਸ਼ਨ ਇਕਨੋਮਿਕਸ ਸੋਸ਼ੋਲੋਜੀ ਸੋਸ਼ਲ ਵਰਕ ਵਿਦ ਕੰਪਿਊਟਰ ਸਕਿੱਲਸ, ਠੀਕ ਹੈ ਜੀ, ਇਹ ਕੁਛ ਕੀਤਾ ਹੋਵੇ, ਇਹਨਾਂ ਦੇ ਵਿੱਚੋਂ ਕੋਈ ਵੀ ਡਿਗਰੀ ਤੁਸੀਂ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਪੋਸਟ ਗ੍ਰੈਜੂਏਟ ਡਿਗਰੀ ਇਕਨੋਮਿਕਸ ਵਿਦ ਕੰਪਿਊਟਰ ਸਕਿੱਲ ਕੀਤੀ ਹੈ ਤਾਂ ਵੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। 21,000 ਪ੍ਰਤੀ ਮਹੀਨਾ ਉੱਕੀ ਪੁੱਕੀ ਤਨਖਾਹ ਹੈ ਤੁਹਾਡੀ। ਅਤੇ ਬਾਕੀ ਦੋਸਤੋ ਟੈਕਨੀਕਲ ਕੋਆਰਡੀਨੇਟਰ ਦੀ ਇੱਕ ਪੋਸਟ ਹੈ ਜੀ, ਇਹਦੇ ਵਿੱਚ ਤੁਸੀਂ BTECH ਸਿਵਲ ਇੰਜੀਨੀਅਰਿੰਗ ਕੀਤੀ ਹੋਵੇ ਅਤੇ ਐਕਸਪੀਰੀਅੰਸ ਤੁਹਾਨੂੰ ਹੋਣਾ ਚਾਹੀਦਾ ਕਿਸੇ ਵੀ ਗਵਰਨਮੈਂਟ ਰੈਕੋਗਨਾਈਜ਼ਡ ਇੰਸਟੀਟਿਊਟ ਦਾ, ਅਤੇ ਕੰਪਿਊਟਰ ਸਕਿੱਲ ਹੋਣੇ ਜ਼ਰੂਰੀ ਹੈ ਦੋਸਤੋ। ਪ੍ਰੈਫਰੈਂਸ ਦਿੱਤੀ ਜਾਵੇਗੀ ਐਕਸਪੀਰੀਅੰਸ ਦੇ ਲਈ, ਅਤੇ 20,000 ਪ੍ਰਤੀ ਮਹੀਨਾ ਉੱਕੀ ਪੁੱਕੀ ਤੁਹਾਨੂੰ ਤਨਖਾਹ ਮਿਲੇਗੀ। ਅਤੇ ਟੈਕਨੀਕਲ ਅਸਿਸਟੈਂਟ ਦੀਆਂ ਇਹਦੇ 'ਚ 3 ਪੋਸਟ ਹੈ ਜੀ, 2 ਜਨਰਲ ਦੇ ਲਈ, 1 SC ਦੇ ਲਈ। ਅਤੇ ਇਹਦੇ ਲਈ ਤੁਸੀਂ ਡਿਗਰੀ ਜਾਂ ਡਿਪਲੋਮਾ ਕੀਤਾ ਹੋਵੇ ਸਿਵਲ ਇੰਜੀਨੀਅਰਿੰਗ ਦੇ ਵਿੱਚ ਕਿਸੇ ਵੀ ਗਵਰਨਮੈਂਟ ਰੈਕੋਗਨਾਈਜ਼ਡ ਇੰਸਟੀਟਿਊਟ ਤੋਂ, ਅਤੇ ਪਲੱਸ ਤੁਸੀਂ ਤੁਹਾਡੇ ਕੋਲ ਕੰਪਿਊਟਰ ਦੀ ਪ੍ਰੋਫੀਸ਼ੀਐਂਸੀ ਹੋਣੀ ਜ਼ਰੂਰੀ ਹੈ, MS ਵਰਡ, MS ਐਕਸਲ ਵਗੈਰਾ, ਡਾਟਾਬੇਸ ਫੰਕਸ਼ਨ, ਠੀਕ ਆ ਜੀ। 15,000 ਸੈਲਰੀ ਮਿਲੇਗੀ ਤੁਹਾਨੂੰ, ਅਤੇ 900 ਰੁਪਇਆ ਤੁਹਾਨੂੰ TA ਮਿਲੇਗਾ, ਟਰੈਵਲਿੰਗ ਅਲਾਉਂਸ, ਅਤੇ ਪ੍ਰਤੀ ਮਹੀਨਾ ਤੁਹਾਨੂੰ ਉੱਕੀ ਪੁੱਕੀ ਤਨਖਾਹ ਮਿਲਣੀ ਆ। ਅਤੇ ਉਮਰ ਹੱਦ ਹੈ ਜਿਹੜਾ ਇਹਨਾਂ ਸਭ ਪੋਸਟਾਂ ਦੇ ਲਈ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਤੱਕ 18 ਤੋਂ ਲੈ ਕੇ 37 ਸਾਲ ਹੈ ਜਿਹੜੀ ਉਮਰ ਹੱਦ ਰੱਖੀ ਗਈ ਆ। ਅਤੇ ਉਮੀਦਵਾਰ ਨੇ ਜਿਹੜੀ 10ਵੀਂ ਪੱਧਰ ਦੇ ਵਿੱਚ ਪੰਜਾਬੀ ਪਾਸ ਕੀਤੀ ਹੋਵੇ, ਅਤੇ ਉਮੀਦਵਾਰ ਦੀ ਜਿਹੜੀ ਸਿਲੈਕਸ਼ਨ ਆ, ਜਿਹੜੀ ਉਹਦੀ ਡਿਊਟੀ ਆ, ਉਹ ਕਿਸੇ ਵੀ ਬਲਾਕ ਜਾਂ ਜ਼ਿਲ੍ਹਾ ਹੈੱਡਕੁਆਰਟਰ 'ਤੇ ਨਿਯੁਕਤ ਕੀਤਾ ਜਾਵੇਗਾ ਉਸਨੂੰ। ਅਤੇ ਬਾਕੀ ਤੁਸੀਂ ਡਿਟੇਲ ਦੇ ਵਿੱਚ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ, ਇਸ ਵੈਬਸਾਈਟ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ 'ਚ ਦੇ ਦਾਂਗੇ। ਇਨ ਫਿਊਚਰ ਜਦੋਂ ਵੀ ਇਸ ਪੋਸਟ ਦੇ ਸੰਬੰਧੀ ਕੋਈ ਵੀ ਅੱਗੇ ਫਰਦਰ ਕੋਈ ਨੋਟੀਫਿਕੇਸ਼ਨ ਆਉਂਦਾ ਤੁਸੀਂ ਇਸ ਵੈਬਸਾਈਟ 'ਤੇ ਚੈੱਕ ਕਰ ਸਕਦੇ ਹੋ। ਅਤੇ ਕੇਵਲ ਸ਼ਾਰਟ ਲਿਸਟ ਉਮੀਦਵਾਰ ਜੋ ਯੋਗਤਾ ਪੂਰੀਆਂ ਕਰਦੇ ਹੋਣਗੇ ਨੂੰ ਹੀ ਯੋਗਤਾ ਜਾਂ ਟੈਸਟ ਇੰਟਰਵਿਊ ਲਈ ਬੁਲਾਇਆ ਜਾਏਗਾ। ਅਤੇ ਹਰ ਬਿਨੈ ਪੱਤਰ ਦੇ ਨਾਲ ਤੁਸੀਂ 200 ਰੁਪਏ ਦਾ ਡਿਮਾਂਡ ਡਰਾਫਟ ਲਗਾਉਣਾ ਜੀ, ਕਿਸੇ ਵੀ ਨੈਸ਼ਨਲਾਈਜ਼ਡ ਬੈਂਕ 'ਚੋਂ ਬਣਵਾ ਸਕਦੇ ਹੋ। ਕਿਸ ਨਾਂ 'ਤੇ ਬਣਾਉਣਾ ਨੋਟ ਕਰ ਲਓ, ਡਿਸਟ੍ਰਿਕਟ ਪ੍ਰੋਗਰਾਮ ਕੋਆਰਡੀਨੇਟਰ ਨਰੇਗਾ ਕੌਮਾ ਬਠਿੰਡਾ, ਠੀਕ ਆ ਜੀ, ਅਤੇ ਪੇਏਬਲ ਐਟ ਬਠਿੰਡਾ ਹੋਵੇ, ਇਹ ਤੁਸੀਂ ਨਾਲ ਲਗਾਉਣਾ। ਅਤੇ ਯੋਗਤਾ ਟੈਸਟ ਜਾਂ ਇੰਟਰਵਿਊ ਦੇ ਸ਼ਡਿਊਲ ਸੰਬੰਧੀ ਸੂਚਨਾ ਬਾਅਦ ਵਿੱਚ ਦਿੱਤੀ ਜਾਵੇਗੀ। ਅਧੂਰੀਆਂ ਨਿਰਧਾਰਤ ਸਮੇਂ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਜਾਵੇਗਾ। ਅਤੇ ਜਿਹੜੇ ਉਮੀਦਵਾਰਾਂ ਪਾਸ ਗ੍ਰੈਡੂਏਸ਼ਨ ਸਰਟੀਫਿਕੇਟ ਹਨ, ਉਹ ਆਪਣੇ ਅੰਕਾਂ ਦੀ ਪ੍ਰਤੀਸ਼ਤਤਾ ਯੂਨੀਵਰਸਿਟੀ ਅਨੁਸਾਰ ਕੱਢ ਕੇ ਨੱਥੀ ਕਰਨਗੇ। ਜਿਨ੍ਹਾਂ ਦੇ ਗ੍ਰੇਡ ਵਗੈਰਾ ਲੱਗੇ ਹੋਏ ਨੇ, ਭਾਵ ਕਿ ਜਿਨ੍ਹਾਂ ਦੇ CGPA ਵਗੈਰਾ ਹੁੰਦੀ ਆ, ਉਹ ਪਰਸੈਂਟੇਜ ਕੱਢ ਕੇ ਆਪਣੀ ਉੱਥੇ ਲਿਖਣਗੇ। ਅਤੇ ਬਾਕੀ ਦੋਸਤੋ ਇਹ ਜਿਹੜੇ ਤੁਹਾਡੇ ਫਾਰਮ ਨੇ 25/6/2020 ਸ਼ਾਮ 4 ਵਜੇ ਤੱਕ ਤੁਹਾਡੇ ਪਹੁੰਚ ਜਾਣੇ ਚਾਹੀਦੇ ਆ। ਰਜਿਸਟਰ ਡਾਕ ਜਾਂ ਫਿਰ ਨਿੱਜੀ ਤੌਰ 'ਤੇ ਬਾਏ ਹੈਂਡ ਵੀ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ। ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਪੁਖਰਾਜ ਕਲੋਨੀ ਬਠਿੰਡਾ, 151001 ਪਿੰਨ ਕੋਡ ਹੈ ਜੀ ਇਹਦਾ। ਅਤੇ ਬਾਕੀ ਦੋਸਤੋ ਡਿਟੇਲ ਦੇ ਵਿੱਚ ਤੁਹਾਨੂੰ ਸਾਰੇ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ। ਇੰਗਲਿਸ਼ ਦੇ ਵਿੱਚ ਵੀ ਨੋਟੀਫਿਕੇਸ਼ਨ ਦਿੱਤਾ ਗਿਆ, ਇੰਗਲਿਸ਼ ਦੇ ਵਿੱਚ ਵੀ ਪੜ੍ਹ ਸਕਦੇ ਹੋ। ਅਤੇ ਬਾਕੀ ਇਹ ਫਾਰਮ ਦਿੱਤਾ ਗਿਆ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰੋ, ਬਾਕੀ ਜਾਣਕਾਰੀਆਂ ਲਈ ਜੁੜੇ ਰਹੋ। ਨਵੇਂ ਨਵੇਂ ਅਪਡੇਟਸ ਜੇਕਰ ਤੁਸੀਂ ਆਪਣੇ ਵਟਸਐਪ ਗਰੁੱਪ 'ਤੇ ਚਾਹੁੰਦੇ ਹੋ, ਸਾਨੂੰ ਵਟਸਐਪ ਗਰੁੱਪ 'ਤੇ ਸਾਡੀ ਲਾਈਫ ਟਾਈਮ ਮੈਂਬਰਸ਼ਿਪ ਲੈ ਸਕਦੇ ਹੋ। ਵਟਸਐਪ ਦੀ ਵਟਸਐਪ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕੀਤਾ ਹੋਇਆ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।